CIA स्टाफ गुरदासपुर ने जीजे साले अते उसदे साथी नू 2 करोड़ दी हैरोइन समेत कीता गिरफ्तार। दाज दी गड्डी विच करदे सन तस्करी। देखो पूरी खबर। ਵੱਡੀ ਸਫਲਤਾ ਮਿਲੀ ਜਦੋਂ CIA ਔਰ ਬਹਿਰਾਮਪੁਰ ਦੇ SHO ਮੈਡਮ ਦੀਪਿਕਾ ਜੀ ਨੇ ਇੱਕ ਸਾਂਝਾ ਨਾਕਾ ਪਿੰਡ ਕੈਰੇ ਮੋੜ 'ਤੇ ਲਾਇਆ ਹੋਇਆ ਸੀ ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਵੀ ਇੱਕ ਰੋਹਿਤ ਆ ਮੁੰਡਾ, ਇੱਕ ਦੀਪਕ ਆ ਔਰ ਇੱਕ ਰਾਜਨ ਆ। ਇਹ ਜਿਹੜਾ ਕਾਫੀ ਹਾਈ ਲੈਵਲ 'ਤੇ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਕਰਦੇ ਨੇ ਔਰ ਅੱਜ ਵੀ ਇਹ ਸਮਾਨ ਲੈ ਕੇ I-20 ਗੱਡੀ 'ਤੇ ਪਿੰਡ ਬਹਿਰਾਮਪੁਰ ਦੇ ਵਿੱਚ ਜਿਹੜੀ ਆ ਉਹ ਸੇਲ ਕਰਨ ਵਾਸਤੇ ਆ ਰਹੇ ਨੇ। ਦੌਰਾਨੇ ਨਾਕਾ ਜਦੋਂ ਸਾਨੂੰ ਚਿੱਟੀ ਗੱਡੀ ਦਿਖਾਈ ਦਿੱਤੀ, ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹਨੇ ਭੱਜਣ ਲੱਗਾ ਤਾਂ ਸਾਥੀ ਕਰਮਚਾਰੀਆਂ ਨਾਲ ਇਹਨੂੰ ਕਾਬੂ ਕੀਤਾ ਗਿਆ। ਦੌਰਾਨੇ ਚੈਕਿੰਗ ਇਹਨਾਂ ਕੋਲੋਂ 274 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਇੱਕ ਇਹਨਾਂ ਕੋਲ I-20 ਕਾਰ ਜਿਹੜੀ ਉਹ ਬਰਾਮਦ ਕੀਤੀ ਹੈ, ਪਲੱਸ 5,000 ਰੁਪਈਆ ਜਿਹੜਾ ਉਹ ਡਰੱਗ ਮਨੀ ਇਹਨਾਂ ਕੋਲ ਬਰਾਮਦ ਹੋਈ ਹੈ। ਔਰ ਇਹਨਾਂ ਦੇ ਬੈਕਵਰਡ ਔਰ ਫਾਰਵਰਡ ਲਿੰਕਿਜ਼ ਦੇ ਬਾਰੇ ਆਪਾਂ ਪਤਾ ਕਰ ਰਹੇ ਹਾਂ। ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾ ਕੇ ਅਤੇ ਰਿਮਾਂਡ 'ਤੇ ਲਿਆਂਦਾ ਜਾਏਗਾ। ਔਰ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ, ਕਿੱਥੋਂ ਇਹਨਾਂ ਨੇ ਖੜਨੀ ਵੇਚਣੀ ਸੀ, ਉਹਨਾਂ ਸਾਰੇ ਲਿੰਕਾਂ ਦਾ ਪਤਾ ਕੀਤਾ ਜਾਵੇਗਾ। ਜਿਹੜਾ ਰਾਜਨ ਦੋਸ਼ੀ ਆ, ਇਹਦਾ ਫਾਦਰ ਵੀ ਪਹਿਲੇ ਜਿਹੜਾ ਵਾ ਉਹ 300 ਗ੍ਰਾਮ ਹੈਰੋਇਨ ਦੇ ਵਿੱਚ ਜੇਲ੍ਹ ਦੇ ਵਿੱਚ ਆ, ਇਹ ਬਟਾਲਾ ਪੁਲਿਸ ਨੇ ਉਦੋਂ ਰਿਕਵਰੀ ਕੀਤੀ ਸੀ ਔਰ 200 ਗ੍ਰਾਮ ਸ਼ਾਇਦ ਉੱਥੋਂ ਇਹਨਾਂ ਦੇ ਰਿਕਵਰ ਹੋਈ ਸੀ। ਇਹ ਜਿਹੜਾ ਕੰਮ ਹੈ ਇਹਨਾਂ ਦਾ ਲਗਾਤਾਰ ਹੀ ਹੈ, ਨਸ਼ਿਆਂ ਦਾ ਹੀ ਕੰਮ ਕਰਦੇ ਨੇ। ਕਾਰੋਬਾਰ ਪਹਿਲੇ ਤਾਂ ਸ਼ਰਾਬ ਸ਼ੁਰੂ ਵੇਚਦੇ ਸੀ ਸਾਰੇ ਇਹਨਾਂ ਦੀਆਂ, ਫਿਰ ਬਰਾਦਰੀ ਹਰ ਜਗ੍ਹਾ 'ਤੇ ਲੀਡਾਂ ਸਾਂਸੀਆਂ ਜਿੱਥੇ ਵੀ ਹੈਗੀ ਨੇ, ਫਿਰ ਇਹ ਹੌਲੀ ਹੌਲੀ ਚਿੱਟੇ ਵਾਲੇ ਕੰਮ 'ਚ ਪੈ ਗਏ। ਇਹਨਾਂ ਨੂੰ ਤਕਰੀਬਨ 4-5 ਮਹੀਨੇ ਤੋਂ ਲਗਾਤਾਰ ਇਹ ਚਿੱਟੇ ਦਾ ਕੰਮ ਕਰ ਰਹੇ ਸੀ। 5 ਕਰੋੜ ਦੇ ਹਿਸਾਬ ਨਾਲ, ਕਿਲੋ ਦੇ ਹਿਸਾਬ ਨਾਲ ਹੈ, 274 ਗ੍ਰਾਮ ਆ, 1.5-2 ਕਰੋੜ ਦੀ ਤਾਂ ਹੋਏਗੀ ਗੱਡੀ। ਇਹਦੇ ਵਿੱਚ ਨਾ ਜਿਹੜਾ ਰਾਜਨ ਅਤੇ ਰੋਹਿਤ ਆ, ਇਹ ਸਾਲਾ ਬਣਵਾਈਆਂ ਨੇ ਔਰ ਜਿਹੜਾ ਰਾਜਨ ਆ ਮੇਨ ਅਕਿਊਜ਼ ਦਾ, ਜਿਹੜਾ ਇਹਨੇ ਦਾਜ ਦੇ ਵਿੱਚ ਉਹਨੂੰ ਜਿਹੜੀ ਆ ਉਹ 1.5-2 ਸਾਲ ਪਹਿਲੇ ਇਹਨੂੰ ਗੱਡੀ ਦਾਜ ਦੇ ਵਿੱਚ ਲੈ ਕੇ ਦਿੱਤੀ, ਦਾਜ 'ਚ ਦਿੱਤੀ ਸੀ ਔਰ ਉਦੋਂ ਇਹਨਾਂ ਨੇ ਇਹ ਗੱਡੀ ਨੂੰ ਫਾਇਨੈਂਸ ਕਰਾਇਆ ਸੀ, 2,00,000 ਰੁਪਈਆ ਇਹਨਾਂ ਨੇ ਨਗਦ ਔਰ ਬਾਕੀ ਇਹਨਾਂ ਦੀਆਂ ਕਿਸ਼ਤਾਂ ਜਾ ਰਹੀਆਂ ਜੀ। ਇਹ ਰਾਜਨ ਰੋਹਿਤ ਦਾ ਸਾਲਾ ਵਾ, ਇਹ ਸਾਲਾ ਬਣਾਈ ਜਾਈ ਇਹ ਕੰਮ ਕਰ ਰਹੇ ਨੇ ਅਤੇ ਰਾਜਨ ਨੇ ਇਹਨੂੰ ਦਾਜ 'ਚ ਗੱਡੀ ਦਿੱਤੀ ਸੀ।